ਕੈਨੇਡੀਅਨ ਅਧਿਕਾਰੀ ਇਮੀਗ੍ਰੇਸ਼ਨ ਮਾਹਰ ਕੈਨੇਡਾ ਦੀਆਂ ਇਮੀਗ੍ਰੇਸ਼ਨ ਨੀਤੀਆਂ ਦੇ ਉੱਤੇ ਸੰਭਾਵੀ ਪ੍ਰਭਾਵਾਂ ਦੇ ਉੱਤੇ ਨੇੜਿਓਂ ਨਜ਼ਰ ਰੱਖ ਰਹੇ ਨੇ ਸੰਯੁਕਤ ਰਾਜ ਅਮਰੀਕਾ ਦੇ ਨਾਲ ਕੈਨੇਡਾ ਦੀ ਸਰਹੱਦ ਵਿਸ਼ਵ ਪੱਧਰ ਤੇ ਸਭ ਤੋਂ ਲੰਬੀ ਅਸੁਰੱਖਿਅਤ ਸਰਹੱਦ ਇੱਕ ਜਿਹੇ ਰਿਸ਼ਤੇ ਨੂੰ ਦਰਸਾਉਂਦੀ ਹੈ ਜੋ ਦੋਵਾਂ ਦੇਸ਼ਾਂ ਦੀਆਂ ਨੀਤੀਆਂ ਨੂੰ ਖਾਸ ਤੌਰ ਦੇ ਉੱਤੇ ਇਮੀਗ੍ਰੇਸ਼ਨ ਦੇ ਆਲੇ-ਦੁਆਲੇ ਪ੍ਰਭਾਵਿਤ ਕਰਦੀ ਹੈ ਖਾਸ ਕਰਕੇ ਇਸ ਗੱਲ ਤੇ ਗੌਰ ਕੀਤਾ ਜਾ ਰਿਹਾ ਹੈ ਕਿ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਤੇ 트੍ਰੰਪ ਪ੍ਰਸ਼ਾਸਨ ਦੇ ਅਧੀਨ ਦਬਾਅ ਪੈ ਸਕਦਾ ਹੈ ਕੈਨੇਡਾ ਇਸੇ ਤਰ ਦੇ ਉਤੇ ਉਹਨਾਂ ਹਜ਼ਾਰਾਂ ਪਨਾਹ ਮੰਗਣ ਵਾਲਿਆਂ ਬਾਰੇ ਚਿੰਤਾਤ ਹੈ ਜੋ ਸੰਯੁਕਤ ਰਾਜ ਦੇ ਵਿੱਚ ਦਾਖਲ ਹੋ ਸਕਦੇ ਨੇ ਕਿ ਉਹਨਾਂ ਦੇ ਲਈ ਉੱਤਰ ਵਾਲਵਦਨਾ ਜਾਰੀ ਰੱਖਣਾ ਬਿਹਤਰ ਹੈ ਅਬਲਸਨ ਨੇ ਕਿਹਾ ਹੈ ਕਿ ਜੇਕਰ ਡੋਨਲਡ ਟਰੰਪ ਦੁਆਰਾ ਚੁਣੇ ਜਾਂਦੇ ਨੇ ਤਾਂ ਇਮੀਗ੍ਰੇਸ਼ਨ ਤੇ ਵੱਡੇ ਪੱਧਰ ਤੇ ਜਿਹੜਾ ਦੇਸ਼ ਨਿਕਾਲੇ ਤੇ ਉਸ ਦਾ ਹਮਲਾਵਰ ਰੁਖ ਕੈਨੇਡਾ ਨੂੰ ਸਰਹੱਦ ਪਾਰ ਤੋਂ ਜਿਹੜਾ ਹੈ ਉਹ ਸ਼ਰਨ ਮੰਗਣ ਵਾਲਿਆਂ ਦੀ ਵਧਦੀ ਗਿਣਤੀ ਲਈ ਤਿਆਰੀ ਕਰਨ ਦੇ ਲਈ ਮਜਬੂਰ ਕਰ ਸਕਦਾ ਹੈ ਜਿਵੇਂ ਕਿ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਨੇੜੇ ਆ ਰਹੀਆਂ ਨੇ ਤਾਂ ਕੈਨੇਡਾ ਨੇ ਆਪਣੇ ਇਮੀਗ੍ਰੇਸ਼ਨ ਸਿਸਟਮ ਤੇ ਅਮਰੀਕੀ ਸਿਆਸੀ ਦ੍ਰਿਸ਼ਟੀਕੋਣ ਦੇ ਪ੍ਰਭਾਵ ਦੇ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਪੋਲਿਟੀਕਲ ਸਿਆਸੀ ਮਾਹਰ ਕਹਿੰਦੇ ਨੇ ਕਿ ਅਮਰੀਕੀ ਚੋਣਾਂ ਦੇ ਵੱਲ ਵੱਧ ਰਹੇ ਨੇ ਕੈਨੇਡੀਅਨ ਅਧਿਕਾਰੀ ਤੇ ਇਮੀਗ੍ਰੇਸ਼ਨ ਨੀਤੀਆਂ ਤੇ ਸੰਭਾਵੀ ਪ੍ਰਭਾਵਾਂ ਤੇ ਨੇੜਿਓ ਨਜ਼ਰ ਰੱਖਣੀ ਜ਼ਰੂਰੀ ਹੈ ਸੰਯੁਕਤ ਰਾਜ ਅਮਰੀਕਾ ਦੇ ਨਾਲ ਕੈਨੇਡਾ ਦੀ ਸਰਹੱਦ ਵਿਸ਼ਵ ਪੱਧਰ ਤੇ ਸਭ ਤੋਂ ਲੰਬੀ ਅਸੁਰੱਖਿਅਤ ਸਰਹੱਦ ਇੱਕ ਅਜਿਹੇ ਰਿਸ਼ਤੇ ਨੂੰ ਦਰਸਾਉਂਦੀ ਹੈ ਕਿ ਦੋਵਾਂ ਦੇਸ਼ਾਂ ਦੀਆਂ ਨੀਤੀਆਂ ਨੂੰ ਖਾਸੌਰ ਤੇ ਇਮੀਗ੍ਰੇਸ਼ਨ ਦੇ ਆਲੇ ਦੁਆਲੇ ਪ੍ਰਭਾਵਿਤ ਕਰਦੀ ਹੈ ਕੈਨੇਡੀਅਨ ਨੀਤੀ ਨਿਰਮਾਤਾ ਇਸ ਗੱਲ ਤੋਂ ਪੂਰੀ ਤਰ੍ਹਾਂ ਜਾਣੂ ਨੇ ਕਿ ਕਿਵੇਂ ਯੂਐਸ ਇਮੀਗ੍ਰੇਸ਼ਨ ਫੈਸਲੇ ਖਾਸ ਤੌਰ ਤੇ 트럼ਪ ਪ੍ਰਸ਼ਾਸਨ ਦੇ ਅਧੀਨ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਤੇ ਦਬਾਅ ਪੈ ਸਕਦਾ ਹੈ ਕੈਨੇਡਾ ਨਿਸ਼ਚਿਤ ਤੌਰ ਤੇ ਉਹਨਾਂ ਹਜ਼ਾਰਾਂ ਪਨਾਹ ਮੰਗਣ ਵਾਲਿਆਂ ਬਾਰੇ ਚਿੰਤਤ ਹੈ ਜੋ ਸੰਯੁਕਤ ਰਾਜ ਦੇ ਵਿੱਚ ਦਾਖਲ ਹੋ ਸਕਦੇ ਨੇ ਤੇ ਫਿਰ ਫੈਸਲਾ ਕਰ ਸਕਦੇ ਨੇ ਉਹਨਾਂ ਦੇ ਲਈ ਉੱਤਰ ਵੱਲ ਵਧਣਾ ਜਾਰੀ ਰੱਖਣਾ ਬਿਹਤਰ ਹੈ ਜਾਂ ਨਹੀਂ ਇਹ ਚੋਣਾ ਨਾ ਸਿਰਫ ਅਮਰੀਕਾ ਦੇ ਵਿੱਚ ਸਗੋਂ ਦੁਨੀਆ ਭਰ ਦੇ ਵਿੱਚ ਲੋਕਾਂ ਦੇ ਦਿਮਾਗਾਂ 'ਚ ਮਕਸਦ ਬਣਾਉਣ ਦੇ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ ਅਮਰੀਕਾ ਦੇ ਚੋਣ ਨਤੀਜੇ ਜੋ ਕਿ ਕਿਸੇ ਵੀ ਨਵੇਂ ਸਰਕਾਰ ਦੇ ਬਨਨ ਇਮੀਗ੍ਰੇਸ਼ਨ ਨੀਤੀਆਂ ਦੇ ਵਿੱਚ ਤਬਦੀਲੀਆਂ ਅਤੇ ਸੁਰੱਖਿਆ ਤੇ ਸੁਰੱਖਿਆ ਦੇ ਮਾਪਦੰਡਾ ਦੇ ਉੱਤੇ ਅਸਰ ਪਾ ਸਕਦੇ ਨੇ ਕੈਨੇਡਾ ਵਿੱਚ ਬਹੁਤ ਸਾਰੇ ਲੋਕਾਂ ਦੇ ਨਵੇਂ ਮੌਕੇ ਵੀ ਖੋਲ ਸਕਦੇ ਨੇ ਬਹੁਤ ਸਾਰੇ ਅਮਰੀਕੀ ਨਾਗਰਿਕਾਂ ਜੋ ਕੈਨੇਡਾ ਦੇ ਵਿੱਚ ਨਵੀਂ ਸ਼ੁਰੂਆਤ ਕਰਨ ਦੀ ਇੱਛਾ ਰੱਖਦੇ ਨੇ ਤੇ ਖਾਸ ਕਰਕੇ ਜੇਕਰ ਅਮਰੀਕਾ ਦੇ ਵਿੱਚ ਸਿਆਸੀ ਮਾਹੌਲ ਗੰਭੀਰ ਹੋ ਜਾਂਦਾ ਹੈ ਤਾਂ ਕੈਨੇਡਾ ਦੀ ਸਰਕਾਰ ਜੋ ਕਿ ਬਹੁਤ ਸਾਰੇ ਲੋਕਾਂ ਨੂੰ ਸਵਾਗਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਨੇ ਆਪਣੇ ਇਮੀਗ੍ਰੇਸ਼ਨ ਪ੍ਰੋਗਰਾਮਾਂ ਨੂੰ ਮਜ਼ਬੂਤ ਕਰਨ ਤੇ ਧਿਆਨ ਦਿੱਤਾ ਕੈਨੇਡਾ ਵਿੱਚ ਦਾਖਲ ਹੋਣ ਦੀ ਇੱਛਾ ਰੱਖਣ ਵਾਲੇ ਬਹੁਤ ਸਾਰੇ ਅਮਰੀਕੀ ਨਾਗਰਿਕਾਂ ਦੀ ਗਿਣਤੀ

ਤੋਂ ਅਮਰੀਕਾ ਵੱਲ ਨੋ ਵਿਵਧਨ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਕੈਨੇਡਾ ਨੇ ਵਿਦੇਸ਼ੀਆਂ ਦੇ ਲਈ ਵੱਖ-ਵੱਖ ਵਿਸ਼ੇਸ਼ਤਾਵਾਂ ਨੂੰ ਲਾਗੂ ਕਰਨ ਦਾ ਐਲਾਨ ਕੀਤਾ ਜਿਸ ਨਾਲ ਉਹਨਾਂ ਨੂੰ ਕੈਨੇਡਾ ਵਿੱਚ ਵਾਪਸ ਆਉਣ ਦਾ ਮੌਕਾ ਸਹੀ ਮਿਲ ਸਕੇ ਕੈਨੇਡਾ ਦੀਆਂ ਨਵੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਦੇ ਵਿੱਚ ਇਮੀਗ੍ਰੇਸ਼ਨ ਦੀ ਲੰਬੀ ਮਿਆਦ ਦੀਆਂ ਯੋਜਨਾਵਾਂ ਸਿੱਖਿਆ ਦੇ ਮੌਕੇ ਤੇ ਵਿਦੇਸ਼ੀ ਕੰਮਕਾਜ ਬਾਜ਼ਾਰ ਦੇ ਉਦਯੋਗ ਦੇ ਸਹਿਯੋਗ ਵੀ ਸ਼ਾਮਿਲ ਨੇ ਸਰਕਾਰੀ ਅਧਿਕਾਰੀਆਂ ਦਾ ਇਹ ਵੀ ਮੰਨਣਾ ਹੈ ਕਿ ਅਮਰੀਕਾ ਦੇ ਵਿੱਚ ਹੋ ਰਹੀਆਂ ਸਿਆਸੀ ਬਦਲਾਵਾਂ ਤੇ ਚੋਣਾਂ ਦੇ ਨਤੀਜੇ ਕੈਨੇਡਾ ਵਿੱਚ ਨਵੇਂ ਇਮੀਗ੍ਰੈਂਟਸ ਦੀ ਲਹਿਰ ਨੂੰ ਵੀ ਇਸ ਲਈ ਕੈਨੇਡਾ ਦੀ ਸਰਕਾਰ ਨੇ ਸਾਨੂੰ ਇਸ ਲਹਿਰ ਨੂੰ ਸਵੀਕਾਰ ਕਰਨ ਤੇ ਇਸ ਨੂੰ ਆਪਣੇ ਲਾਭ ਵਿੱਚ ਬਦਲਣ ਲਈ ਤਿਆਰੀਆਂ ਕਰ ਰੱਖੀਆਂ ਨੇ ਇਮੀਗ੍ਰੇਸ਼ਨ ਸ਼ਰਨਾਰਥੀ ਤੇ ਨਾਗਰਿਕਤਾ ਕੈਨੇਡਾ ਆਈ ਆਰ ਸੀ ਸੀ ਦੇ ਡੇਟਾ ਮੁਤਾਬਕ ਗੈਰ ਕਾਨੂੰਨੀ ਦਾਖਲਾਂ ਦੇ ਵਿੱਚ 2016 ਵਿੱਚ 2434 ਤੋਂ ਵੱਧ ਕੇ 2017 ਵਿੱਚ 20593 ਹੋ ਗਈਆਂ ਇਹਨਾਂ ਵਿੱਚੋਂ ਜ਼ਿਆਦਾਤਰ ਲੋਕ ਲੈਂਡ ਰੂਟ ਦੁਆਰਾ ਕਿਊਬਿਕ ਵਿੱਚ ਪਹੁੰਚੇ ਇਸ ਵਾਧੇ ਨੇ ਰੈਕਸਮ ਰੋਡ ਵਰਗੀਆਂ ਥਾਵਾਂ ਨੂੰ ਖਾਸ ਤੌਰ ਤੇ ਸੂਚੀਬੱਧ ਕੀਤਾ ਗੈਰ ਕਾਨੂੰਨੀ ਦਾਖਲਾਂ ਦੀ ਵਾਧੇ ਨੇ ਕੈਨੇਡਾ ਵਿੱਚ ਸਿਆਸੀ ਤੇ ਸਮਾਜਿਕ ਚਰਚਾਵਾਂ ਨੂੰ ਜਨਮ ਦਿੱਤਾ ਰਾਕਸਮ ਰੋਡ ਜੋ ਕਿ ਕਿਊਬੈਕ ਦੇ ਅਤੇ ਅਮਰੀਕਾ ਦੀ ਸਰਹੱਦ ਤੇ ਹੈ ਇਹ ਉਹ ਜਗਾ ਬਣ ਗਈ ਹੈ ਜਿੱਥੇ ਕਈ ਲੋਕ ਕੈਨੇਡਾ ਵਿੱਚ ਬਿਨਾ ਜਿਹੜਾ ਉਹ ਵਾਜਬ ਲੋੜਾਂ ਦੇ ਦਾਖਲ ਹੋ ਰਹੇ ਸਨ ਤੇ ਇਹ ਸਥਿਤੀ ਕੈਨੇਡਾ ਦੀਆਂ ਇਮੀਗ੍ਰੇਸ਼ਨ ਨੀਤੀਆਂ ਤੇ ਸਰਕਾਰੀ ਤਰੀਕਾਂ ਤੇ ਵੀ ਪ੍ਰਭਾਵ ਪਾ ਰਹੀ ਹੈ ਜਿਸ ਦੇ ਕਾਰਨ ਸਰਕਾਰ ਨੂੰ ਗੈਰ ਕਾਨੂੰਨੀ ਦਾਖਲਿਆਂ ਨੂੰ ਸੰਭਾਲਣ ਲਈ ਨਵੇਂ ਉਪਾਅ ਕਰਨੇ ਪੈ ਰਹੇ ਨੇ ਇਸ ਤੋਂ ਇਲਾਵਾ ਇਹ ਚੱਲਣ ਵਾਲੀਆਂ ਚੋਣਾਂ ਤੇ ਸਿਆਸੀ ਪ੍ਰਕਿਰਿਆਵਾਂ ਨੂੰ ਵੀ ਪ੍ਰਭਾਵਿਤ ਕਰ ਰਹੀਆਂ ਨੇ ਜਿਸ ਨਾਲ ਕੈਨੇਡਾ ਵਿੱਚ ਨਵੇਂ ਇਮੀਗ੍ਰੈਂਟਾਂ ਦੀ ਸਥਿਤੀ ਬਾਰੇ ਚਰਚਾ ਲਗਾਤਾਰ ਹੋ ਰਹੀ ਹੈ ਨਿਊਜ਼ ਟੈਸਟ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ